उसे सुन रहे हो चावला न्यूज नेटवर्क टोरंटो CNN टोरंटो। पट्टी साहब का स्वागत करते हैं। पट्टी साहब वाहेगुरु जी का खालसा वाहेगुरु जी की फतेह। वाहेगुरु जी का खालसा वाहेगुरु जी की फतेह। जी पट्टी साहब उस दिन आपां ਤੁਹਾਡੇ ਨਾਲ ਲੰਬੀ ਚੌੜੀ ਗੱਲਬਾਤ ਕੀਤੀ ਤੇ ਨਾਲ ਵੀ ਬੀਚ ਵੀ ਆਪਾਂ ਸਰਨਾ ਸਾਹਿਬ ਨੂੰ ਵੀ ਲਾਈਨ ਤੇ ਲੈ ਲਿਆ। ਅਰੇ ਆਵਾਜ਼ ਗੂੰਜ ਰਹੀ ਆ, ਘੱਟ ਕਰ ਲਓ, ਪਿੱਛੋਂ ਧੰਨਵਾਦੀ ਹੋਵਾਂਗੇ। ਵਾਪਸ ਆ ਰਹੀ ਹੈ ਫੀਡ ਤੇ ਮੇਰਾ ਸਰ ਘੱਟ ਜੀ, ਮੇਰੇ ਤੇ ਕੋਈ ਪ੍ਰੋਬਲਮ ਨਹੀਂ ਇੱਥੇ, ਮੈਂ ਬਿਲਕੁਲ ਬੰਦ ਕਮਰੇ ਚ ਬੈਠਾ। ਚਲੋ ਹੁਣ ਠੀਕ ਆ ਜੀ, ਮੇਰੇ ਖਿਆਲ ਦੇ ਵਿੱਚ ਸਾਡੇ ਵਾਲੇ ਪਾਸੋਂ ਹੋ ਸਕਦਾ ਗੜਬੜ ਛੜਬ ਹੋਵੇ। ਦਿੱਲੀ ਚੱਲਦੇ ਹਾਂ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸ਼ਾਂਤਮਈ ਸੰਪੰਨ ਹੋਈਆਂ ਨੇ, ਪਰ ਉੱਥੇ ਦਾਰੂ ਸਿੱਕਾ ਵਰਤਾਉਂਦਿਆਂ ਦੀਆਂ ਕੁਝ ਚੰਡੋਕ ਆਦੇ ਮੁਰਦਾਬਾਦ ਦੇ ਨਹਿਰੇ ਨੁਰੇ ਲੱਗਣ ਦੀਆਂ ਵੀ ਨਾਲ ਖਬਰਾਂ ਪੜ੍ਹਨ ਸੁਣਨ ਨੂੰ ਮਿਲੀਆਂ ਐਨ ਵੀਕਐਂਡ 'ਤੇ। ਭਾਵੇਂ ਕਿ ਸੈਟਰਡੇ ਸੰਡੇ ਸਾਡਾ ਸ਼ੋਅ ਨਹੀਂ ਹੁੰਦਾ, ਪਰ ਫਰਾਈਡੇ ਵਾਲੇ ਸ਼ੋਅ ਦੇ ਵਿੱਚ ਬਾਅਦ ਦੇ ਵਿੱਚ ਕਾਫੀ ਫੋਨ ਕਾਲਸ ਆਏ, ਬਹੁਤ ਸਾਰੇ ਵੀਰਾਂ ਨੇ ਟੈਕਸਟ ਮੈਸੇਜ ਵੀ ਇੱਕ ਦੋ ਨੇ ਕੀਤੇ ਕਿ ਸਾਡੀ ਰਿਸ਼ਤੇਦਾਰੀ ਹੈਗੀ, ਅਸੀਂ ਜ਼ਰੂਰ ਤੁਹਾਡੀ ਗੱਲ 'ਤੇ ਅਮਲ ਕਰਾਂਗੇ। ਸਾਨੂੰ ਲੱਗਾ ਕਿ ਕੁਝ ਤਸਵੀਰ ਤਾਂ ਦੂਜਾ ਪਾਸਾ ਸਹੀ ਤੁਸੀਂ ਦੱਸ ਰਹੇ ਹੋ, ਚਲੋ ਸਹੀ ਹੈ, ਗਲਤ ਤਾਂ ਤੁਸੀਂ ਆਪ ਫੈਸਲਾ ਕਰਨਾ। ਪਰ ਕਿਸ ਤਰ੍ਹਾਂ ਦਾ ਲੱਗਦਾ, ਕੁਝ ਇੱਕ ਸਰਵੇ ਸੁਰਵੇ ਵੀ ਆਏ ਨੇ ਕਿ ਸਰਨਾ ਬ੍ਰਦਰਸ ਦੇ ਹੱਕ ਦੇ ਵਿੱਚ ਨਤੀਜੇ ਹੋ ਸਕਦੇ ਨੇ। ਅਸੀਂ ਕਲੀਅਰ ਕਰ ਦਈਏ, ਸਿੱਖਾਂ ਨੇ ਵੋਟ ਪਾਉਣ ਦੇ ਵਿੱਚ ਕੋਈ ਦਿਲਚਸਪੀ ਬਹੁਤ ਜ਼ਿਆਦਾ ਨਹੀਂ ਦਿਖਾਈ, ਸਿਰਫ 37% ਵੋਟਾਂ ਹੀ ਪਈਆਂ ਨੇ। ਇਹ ਰੁਝਾਨ ਵੀ ਆਪਣੇ ਆਪ ਦੇ ਵਿੱਚ ਬੜਾ ਮਾੜਾ। ਕੀ ਕਹਿਣਾ ਚਾਹੋ? ਜਿੱਥੋਂ ਤੱਕ ਸਿੱਖਾਂ ਦੇ ਵਿੱਚ ਵੋਟਾਂ ਪਾਉਣ ਦੀ ਰੁਝਾਨ ਦੀ ਗੱਲ ਆ ਜੀ, ਦਿਨੋ ਦਿਨ ਅੱਜ ਵੀ ਘੱਟ ਰਿਹਾ। ਹੋਰ ਜਿਸ ਤਰੀਕੇ ਨਾਲ ਘੱਟ ਰਿਹਾ, ਇਹਦਾ ਮਤਲਬ ਵੀ ਹੋਰ ਗਾ ਘਟੇਗਾ। ਸਰਨਾ ਸਾਹਿਬ ਵੋਟ ਪਿਛਲੀ ਵਾਰੀ 3,46,000 ਵੋਟ ਇਸ ਵਾਰੀ, ਉਹਨਾਂ ਨੂੰ ਸ਼ਾਇਦ ਜਾਣਕਾਰੀ ਨਹੀਂ ਸੀ। ਉਹ ਕਹਿੰਦੇ ਸੀ ਨਹੀਂ ਜੀ ਇਵੇਂ 2-4 ਦਾ ਫਰਕ ਹੋਊਗਾ, ਲੇਕਿਨ ਉਹ ਘੱਟੋ ਘੱਟ 40-50 ਦਾ ਫਰਕ ਸੀ। ਖੈਰ ਚਲੋ, ਉਹਦੇ ਵਿੱਚ ਹੁਣ ਕੀ ਹੋਇਆ ਵੀ ਜਿਹੜੀ ਉੱਥੇ ਵੋਟਾਂ ਪਈਆਂ ਨੇ, ਲੋਕਾਂ ਨੇ ਇਸ ਗੱਲ ਦਾ ਜੋ ਸਰਵੇ ਆ ਰਹੇ, ਮੈਂ ਸਰਵੇ ਦੀ ਗੱਲ ਕਰ ਰਿਹਾ, ਜਿਹੜੀ ਐਗਜ਼ਿਟ ਪੋਲ ਆ ਉਹ ਕਹਿੰਦਾ ਵੀ ਸਰਨਾ ਗਰੁੱਪ 32 ਸੀਟਾਂ ਜਿੱਤ ਸਕਦਾ। ਜਿਹੜਾ ਇੱਕ ਉੱਥੋਂ ਦੀ CID ਵਿਭਾਗ ਉਹ 26-28 ਤੱਕ ਘੱਟ ਵੋਟ ਪੋਲ ਹੋਣ ਦੇ ਕਰਕੇ ਜਿਹੜਾ ਵਾ ਜ਼ਰੂਰ ਨੁਕਸਾਨ ਸਾਰੀ ਧਿਰ ਦਾ ਹੋਵੇਗਾ। ਲੇਕਿਨ ਜਿਹੜੀ ਹੋਰ ਇਸ ਵੇਲੇ ਗੱਲ ਤੁਸੀਂ ਗੱਲ ਕਰਦੇ ਹੋ, ਜਾਗੋ ਜਿਹੜੀ ਕਹਿੰਦੀ ਸੀ ਪਹਿਲਾਂ ਦੇਖੋ ਜੀ ਸਰਕਾਰ ਹੀ ਸਾਡੀ ਬਣੀ ਇੱਥੇ, ਕਾਬੂ ਅਸੀਂ ਹੋਣਾ, ਬਾਕੀ ਤਾਂ ਸਰਨਾ ਤੱਕ ਕਿੱਥੇ ਨਾ ਰਹੇਗਾ, ਸਰਨੇ ਤੋਂ ਪਹਿਲਾਂ ਸੀਟਾਂ ਮਿਲਣੀਆਂ ਘੱਟ ਮਿਲਣੀਆਂ ਵਾ। ਪਹਿਲੇ ਨੰਬਰ ਤੇ ਜਾਗੋ ਰਹੇਗੀ, ਦੂਜੇ ਨੰਬਰ ਤੇ ਜਿਹੜਾ ਬਾਦ ਰਹੇ, ਤੀਜੇ ਨੰਬਰ ਤੇ ਸਰਨਾ ਰਹੇਗਾ। ਲੇਕਿਨ ਹਾਲਾਤ ਇਹ ਦੱਸਦੇ ਵੀ ਸਰਨਾ ਸਾਹਿਬ ਦੀ ਸ਼ਾਇਦ ਇਸ ਵਾਰੀ ਜਿਹੜੀ ਉਹ ਗੱਲ ਬਣ ਜਾਏ। ਲੇਕਿਨ ਜਿਹੜੀ ਗੱਲ ਆਪਾਂ ਲੋਕ ਗਈ ਸੀ ਉਹਨਾਂ ਨੂੰ ਯਾਦ ਕਰਾਉਂਦੇ ਰਹਾਂਗੇ ਸਮੇਂ ਸਮੇਂ ਦੇ ਉੱਤੇ। ਮੈਨੂੰ ਕੱਲ੍ਹ ਇੱਕ ਬੰਦੇ ਦਾ ਫੋਨ ਆਇਆ, ਮੈਨੂੰ ਕਹਿੰਦਾ ਜੇ ਸਰਨੇ ਆ ਗਏ ਤੇ ਹੰਕਾਰ ਦਾ ਗਏ, ਤੇ ਮੈਂ ਕਿਹਾ ਸਾਡੀਆਂ ਕਲਮਾਂ ਜਿਹੜੀਆਂ ਖੂੰਡੀਆਂ ਨਹੀਂ ਹੋਈਆਂ, ਸਾਡੀਆਂ ਕਲਮਾਂ ਉਧਰ ਤਿੱਖੀਆਂ, ਕੋਈ ਗੱਲ ਨੀ, ਫਿਰ ਕਿਉਂ ਤੁਹਾਨੂੰ ਯਾਦ ਸਿੱਧੇ ਕਰਨ। ਇਸ ਕਰਕੇ ਮੇਰਾ ਕਹਿਣ ਤੋਂ ਭਾਵ ਇਹ ਆ ਵੀ ਜੇ ਉਹ ਸਰਵੇ ਦੀ ਗੱਲ ਕਰੀਏ ਫਿਰ ਤੇ ਇਹ ਅੱਗੇ ਆਉਂਦੇ ਨੇ, ਫਿਰ ਤੇ ਇਹ ਆਉਂਦੇ ਨੇ ਉੱਥੇ। ਨਾਲੇ ਸਾਡਾ ਇੱਕ ਸੁਣ ਰਿਹਾ, 2 ਵਾਰੀ ਡਾਕਟਰ ਮਨਮੋਹਨ ਸਿੰਘ ਬਣਾਇਆ, 3ਜੀ ਵਾਰੀ ਸੀ ਨੀ ਬਣਾਇਆ। ਪੰਜਾਬ ਦੇ ਵਿੱਚ 2 ਵਾਰੀ ਬਾਦਲ ਸਾਹਿਬ ਨੇ, 3ਜੀ ਵਾਰੀ ਨੀ ਬਣਾਇਆ। ਮੋਦੀ ਸਾਹਿਬ 2 ਵਾਰੀ ਬਣ ਗਏ, 3ਜੀ ਵਾਰ ਆਸ ਕੋਈ ਨੀ ਹੈਗੀ ਹੁਣ ਜੋ ਹਾਲਾਤ ਬਣਦੇ ਨੇ। ਸਾਡੀ ਮਾਨਸਿਕਤਾ ਰਹੀ ਹੈ ਵੀ ਨਹੀਂ ਜੀ ਬਦਲਾਅ ਚਾਹੀਦਾ ਹੈ ਸਾਨੂੰ, ਲੋਕ ਬਦਲਾਅ ਵੀ ਚਾਹੁੰਦੇ ਨੇ। ਲੇਕਿਨ ਫਿਰ ਵੀ 3,40,000 ਦੇ ਵਿੱਚੋਂ 1,40,000 ਵੋਟ ਪੋਲ ਹੋਈ, ਕਿੰਨੀ ਵੋਟ ਘੱਟ, 37.26% ਵੋਟ ਹੋਈ। ਪਿਛਲੀ ਵਾਰੀ 46.86 ਵੋਟ ਪੋਲ ਹੋਈ ਸੀ, ਪਿਛਲੀ ਵਾਰ ਵੀ 8% ਘੱਟ ਵੋਟ ਹੋਈ। ਉਹਦੇ 2 ਕਾਰਨ ਨੇ। ਇੱਕ ਕਾਰਨ ਤੇ ਇਹ ਕਿਹਾ ਜਾਂਦਾ ਵੀ ਲੋਕ ਕੋਵਿਡ ਕਰਕੇ ਘਰੋਂ ਬਾਹਰ ਘੱਟ ਨਿਕਲੇ, ਬਜ਼ੁਰਗ ਛੱਡੋ ਪਰ ਕੰਮ ਨੀ ਜਾਣਾ ਜੀ। ਦੂਸਰਾ ਇੱਕ ਤਿਆਰ ਰੱਖੜੀ ਦਾ ਸੀਗਾ, ਸਾਡੇ ਸਿੱਖਾਂ ਦੇ ਵਿੱਚ ਭਾਵੇਂ ਰੱਖੜੀ ਨਹੀਂ ਮਨਾਉਂਦੇ, ਤੁਹਾਨੂੰ ਪਤਾ ਵਾ ਬਾਬੇ ਬਕਾਲੇ ਵਿਖੇ ਰੱਖੜੀਆਂ ਧਿਆਨ ਮਿਲ ਜਾਂਦਾ ਸੀ, ਉਹਨੂੰ ਗੁਰੂ ਲਾਧਰੋ ਧਿਆਨ ਕਰ ਦਿੱਤਾ, ਇਹਨਾਂ ਉਹਦਾ ਨਾਂ ਚੇਂਜ ਕਰਕੇ ਗੁਰੂ ਲਾਧਰੇ ਕਰ ਦਿੱਤਾ ਗਿਆ, ਗੁਰੂ ਲਾਧਰੇ। ਅੱਗੇ ਰੱਖੜ ਪੁੰਨਿਆ ਭਰ ਕੇ ਮੰਨਿਆ ਜਾਂਦਾ ਸੀ, ਬਡੂੰਗਰ ਸਾਹਿਬ ਨੇ ਕੀਤਾ ਸੀ ਵੀ ਨਹੀਂ ਇਹ ਸਾਡੀ ਜਿਹੜੀ ਆ ਸਾਡੀ ਸਿੱਖਾਂ ਦੀ ਨਹੀਂ ਹੈਗੀ ਰੱਖੜੀ, ਇਸ ਕਰਕੇ ਨਾਂ ਅਸੀਂ ਚੇਂਜ ਕਰ ਰਹੇ ਹਾਂ। ਉਹ ਸਮਾਗਮ ਉਹੀ ਹੋਣੇ, ਸਮਾਗਮ ਚ ਕੋਈ ਫਰਕ ਨੀ ਪੈਣਾ, ਨਾਂ ਦਾ ਫਰਕ ਪੈ ਗਿਆ ਸਿਰਫ ਉੱਥੇ। ਚਲੋ ਅਜੇ ਵੀ ਜਿਹੜੇ ਦਿੱਲੀ ਦੇ ਸਾਡੇ ਪਾਪਾ ਭਾਈਚਾਰਾ ਨਾ, ਉਹਨਾਂ ਦੇ ਵਿੱਚ ਕੁਛ ਰੱਖੜੀ ਤਿਉਹਾਰ ਮਨਾਉਣ ਦੀ ਜਿਹੜੀ ਉਹ ਪਰੰਪਰਾ ਹੈਗੀ, ਅਸੀਂ ਕਿਸੇ ਨੂੰ ਰੋਕਦੇ ਨੀ, ਮਨਾਓ ਜਿਹਦੇ ਨਾਲ। ਸਾਡੇ ਕੱਲਾ ਪਾਪਾ ਭਾਈਚਾਰਾ ਕਿਉਂ, ਸਾਡੇ ਸਾਰੇ ਭਾਈਚਾਰੇ ਹੁੱਬ ਹੁੱਬ ਕੇ ਭੈਣਾਂ ਦੇ ਨਾਲ ਫੋਟੋਆਂ ਪਾ ਰਹੇ ਨੇ,
ਕਿਹੜਾ ਭਾਈਚਾਰਾ ਮੈਨੂੰ ਦੱਸੋ ਤੁਸੀਂ ਜਿਹੜਾ ਬਖਸ਼ਿਆ ਹੋਇਆ ਸੀ ਜਿੰਨਾ ਦਾ ਵੀ ਤਿਉਹਾਰ ਹੈਗਾ ਮੁਬਾਰਕ ਹੈ ਉਹ ਮੈਂ ਨਹੀਂ ਮੈਨੂੰ ਕਿਉਂਕਿ ਮੈਨੂੰ ਇਸ ਮਾਈਕ ਤੇ ਬੈਠ ਕੇ ਇਸ ਨੂੰ ਬੈਲੈਂਸ ਰੱਖਣਾ ਮੇਰਾ ਧਰਮ ਹੈ ਕਿਹੜਾ ਕੋਈ ਕਿਹੜਾ ਭਾਈਚਾਰਾ ਕੋਈ ਦੱਸੋ ਹਾਂ ਜਿਹੜਾ ਨਹੀਂ ਰੱਖੜੀ ਬਣਾਉਂਦਾ ਸਾਰੇ ਬਣਾ ਰਹੇ ਨੇ ਸਾਰੇ ਬਣਾ ਰਹੇ ਸਾਰੇ ਹੀ ਸਿੱਖੀ ਫਿਰ ਵੇਖੋ ਸਭ ਤੋਂ ਵੱਡੀ ਗੱਲ ਜਿਹੜੀ ਆ ਜਿੱਥੇ ਹਰਵਿੰਦਰ ਸਿੰਘ ਸਰਨਾ ਤੇ ਮਨਜਿੰਦਰ ਸਿੰਘ ਸਰਥ ਆਮੋ ਸਾਹਮਣੇ ਨੇ ਉੱਥੇ 53.10 ਫੀਸਦੀ ਵੋਟ ਪੋਲ ਹੋਈ ਅੱਛਾ ਜੀ ਇਹਦਾ ਮਤਲਬ ਲੋਕਾਂ ਨੇ ਘਰਾਂ 'ਚ ਜਾ ਕੇ ਵੋਟ ਕੱਢੀ ਦੋਵਾਂ ਧਿਰਾਂ ਨੇ ਵੀ ਤੂੰ ਵੋਟ ਪਾ ਜੀ ਤੂੰ ਵੋਟ ਪਾ ਤੇ ਜਿੱਥੇ ਸ਼ਾਮਨਗਰ ਏਰੀਆ ਗਿਆ ਇੱਕ ਸ਼ਾਮਨਗਰ ਉੱਥੇ ਜਿਹੜੀ 25% ਵੋਟ ਪੋਲ ਹੋਈ ਆ 100 ਤੋਂ 75 ਬੰਦੇ ਵੋਟ ਹੀ ਨੀ ਪਾਉਣਗੇ ਲੋੜ ਹੀ ਨੀ ਪਾਉਣ ਦੀ ਕੋਈ ਗੱਲ ਨੀ ਚਲੋ ਉਸ ਦਿਨ ਜੋ ਹਾਲਾਤ ਨੇ ਕੋਈ 6-7 ਵੋਟ ਲੈ ਕੇ ਤੇ ਜਿੰਨਾ ਬੰਦੇ ਨੇ ਚਲੋ ਦੇਖਦੇ ਆ ਕੀ ਬਣਦਾ ਹੁਣ ਕਦੋਂ ਕੁ ਤੱਕ ਰਿਜ਼ਲਟ ਆ ਸਕਦਾ ਕੱਲ ਰਿਜ਼ਲਟ ਆਏਗਾ ਜੀ ਕੱਲ ਰਿਜ਼ਲਟ ਆਏਗਾ ਕਾਲਰ ਨੇ ਮੇਰੇ ਨਾਲ ਦੇਖਦੇ ਆ ਕੀ ਕਹਿਣਾ ਵੈਲਕਮ ਜੀ ਹਾਂਜੀ ਸਤਿ ਸ੍ਰੀ ਅਕਾਲ ਚਾਲਾ ਸਾਹਿਬ ਪੱਟੀ ਸਾਹਿਬ ਸਤਿ ਸ੍ਰੀ ਅਕਾਲ ਪੱਟੀ ਸਾਹਿਬ ਮੈਂ ਪੁੱਛਣਾ ਸੀ ਪਹਿਲੀ ਗੱਲ ਤਾਂ ਤੁਸੀਂ ਦੱਸ ਦਿੱਤੀ ਹੈ ਜਿਹੜੀ ਇਲੈਕਸ਼ਨ ਬਾਰੇ ਦਿੱਲੀ ਡੀ ਐਸ ਪੀ ਯਾਦਵ ਹੈ ਵੀ ਵੋਟ ਪਰਸੈਂਟੇਜ ਬਹੁਤ ਘੱਟ ਹੈ ਜੀ 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 ਇਹਦਾ ਕਾਰਨ ਵੀ ਤੁਸੀਂ ਥੋੜਾ ਬਹੁਤ ਦੱਸਿਆ ਮੇਰਾ ਮੇਰੇ ਮੁਤਾਬਕ ਹੋ ਰਿਹਾ ਤੇ ਤੁਸੀਂ ਟਿੱਪਣੀ ਕਰੇ ਹੋ ਕਿ ਮੈਨੂੰ ਲੱਗਦਾ ਹੈ ਵੀ ਜਿੰਨਾ ਕੁਛ ਗੁਰਦੁਆਰਾ ਜਾਂ ਮੈਨੇਜਮੈਂਟ ਕਮੇਟੀਆਂ ਦੇ ਵਿੱਚ ਘਾਲਾ ਮਾਲਾ ਹੋ ਰਿਹਾ ਮਿਸਯੂਜ ਫੰਡ ਦਾ ਹੋ ਰਿਹਾ ਹੈ ਲੋਕੀ ਹੁਣ ਪਰਵਾਹ ਹੀ ਕਰਨ ਹਟ ਗਏ ਨੇ ਉਹ ਕਹਿੰਦੇ ਨੇ ਵੀ ਇਹਦਾ ਇਲੈਕਸ਼ਨਾਂ ਤੋਂ ਕੀ ਲੈਣਾ ਸਾਰੇ ਇੱਕੋ ਜਿਹੇ ਨੇ ਇਹਨਾਂ ਲੁੱਟ ਮਾਰ ਤੇ ਕਰਦੀ ਹੈ ਆਪਣਾ ਆਰਾਮ ਨਾਲ ਜਿੱਦਾਂ ਤੁਹਾਡਾ ਸ਼ਰਧਾ ਆਪਣਾ ਚੜਾਓ ਗੱਲ ਖਤਮ ਆਪਾਂ ਇੰਟਰਸਟ ਇਹ ਲਵੋ ਇਹ ਮੇਰੀ ਟਿੱਪਣੀ ਹੈ ਬਾਕੀ ਇਹ ਵੀ ਸ਼੍ਰੋਮਣੀ ਅਕਾਲੀ ਦਲ ਇਹਨਾਂ ਚਿਰ ਕਰਦਾ ਸੀ ਰਾਜ ਤੇ ਇਹਨਾਂ ਦੇ ਦੋ ਬੰਦੇ ਫਿਰ ਚੰਨੂ ਬਾਜਰਾ ਤੇ ਦਲਜੀਤ ਸਿੰਘ ਚੀਮਾ ਹੀ ਗਏ ਆ ਇਹਨਾਂ ਨੇ ਵੀ ਤੁਸੀਂ ਦੱਸਿਓ ਵੀ ਕਿੰਨੀਆਂ ਕੁ ਮੀਟਿੰਗਾਂ ਉੱਥੇ ਅਟੈਂਡ ਕੀਤਾ ਰੈਲੀ ਨੂੰ ਅਟੈਂਡ ਕੀਤਾ ਬਾਕੀ ਇਹਨਾਂ ਦਾ ਕੋਈ ਨੀ ਬਾਦਲ ਸਾਹਿਬ ਦੀ ਫੋਟੋ ਹੀ ਨੀ ਹੈਗੀ ਉੱਥੇ ਕਿਤੇ ਸੋ ਇਹ ਐਤਕਾ ਨਾ ਮੇਰਾ ਖਿਆਲ ਹੋਰ ਕੋਈ ਬੰਦਾ ਗਿਆ ਮੇਰਾ ਖਿਆਲ ਇਵਨ ਕਿ ਪ੍ਰੈਜੀਡੈਂਟ ਵੀ ਨੀ ਗਿਆ ਹੋਣਾ ਸੋ ਇਸ ਕਰਕੇ ਐਤਕਾ ਇਹਨਾਂ ਨੇ ਇੰਟਰਸਟ ਨੂੰ ਪਹਿਲਾਂ ਹੀ ਪਤਾ ਵੀ ਸਾਡਾ ਪਾਸ ਹੋ ਜਾਂ ਲੋਕੀ ਸਾਨੂੰ ਪੁੱਛਣਗੇ ਜਾਂ ਕੀ ਗੱਲ ਇਹਦੇ ਬਾਰੇ ਥੋੜੀ ਟਿੱਪਣੀ ਕਰਿਓ ਤੁਸੀਂ ਪਹਿਲੀ ਗੱਲ ਤੇ ਤੁਸੀਂ ਜਿਹੜੀ ਗੱਲ ਕਹੀ ਹੈ ਜੀ ਬਿਲਕੁਲ ਦਰੁਸਤ ਆ ਲੋਕਾਂ ਦੀਆਂ ਜਿਹੜੀਆਂ ਨੇ ਭਾਵਨਾ ਵੀ ਸਾਰੀ ਚੋਰ ਨੇ ਉਹ ਮਹਿਸੂਸ ਕਰਦੇ ਕੋਈ ਲੋੜ ਹੀ ਨੀ ਵੋਟ ਪਾਉਣ ਦੀ ਜਿੱਦਾਂ ਕੰਮ ਚੱਲਦਾ ਚਲਾਈਏ ਤੁਸੀਂ ਤੁਹਾਡੀ ਗੱਲ ਬਿਲਕੁਲ ਦਰੁਸਤ ਆ ਦੂਸਰੀ ਤੁਸੀਂ ਗੱਲ ਕਹੀ ਆ ਵੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨਹੀਂ ਗਏ ਲੋਕਾਂ ਨੇ ਘੇਰ ਲੈਣੇ ਸੀ ਵੀ ਸੌਦਾ ਸਾਹਿਬ ਨੂੰ ਮਾਫ਼ੀ ਕਿਉਂ ਦਿੱਤੀ ਆ ਵਾਪਸ ਕਿਉਂ ਲਈ ਆ 90 ਲੱਖ ਰੁਪਇਆ ਕਮੇਟੀ ਦਾ ਕਿੱਥੇ ਆ ਬਰਗਾੜੀ ਕਰ ਦਾ ਕੀ ਕੀਤਾ ਤੁਸੀਂ ਸਰਕਾਰ ਢਾਡੀ ਸੀ ਬਹਿਬਲ ਕਲਾਕਾਰ ਚ ਦੋ ਬੰਦੇ ਕੋ ਮਾਰੇ ਗਏ ਇਹ ਸਾਰੇ ਸਵਾਲ ਪੁੱਛਣੇ ਸੀ ਇਸ ਕਰਕੇ ਸਰਸੇ ਨੇ ਕਹਿਤਾ ਸੀ ਭਾਈ ਨਾ ਆਇਓ ਨੌਜਵਾਨ ਬੜੇ ਗਰਮ ਜੇ ਤੁਹਾਡੇ ਖਿਲਾਫ਼ ਤੇ ਬੜਾ ਕੁਛ ਹੋਣਾ ਜੀ ਤੁਸੀਂ ਜਾਣ ਦੀ ਗੱਲ ਕਰਦੇ ਹੋ ਇੱਥੋਂ ਤੱਕ ਕਿ ਉਹਨਾਂ ਦੇ ਬੋਰਡ ਦੇ ਉੱਤੋਂ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਗਾਇਬ ਆ ਬਾਦਲ ਲਫ਼ਜ਼ ਗਾਇਬ ਉੱਥੋਂ ਉੱਥੇ ਲਿਖਿਆ ਉਹਨਾਂ ਦਿੱਲੀ ਅਸਟੇਟ ਸ਼੍ਰੋਮਣੀ ਅਕਾਲੀ ਦਲ ਦਿੱਲੀ ਅਸਟੇਟ ਲਿਖਿਆ ਡਰਦਿਆਂ ਦੇ ਵਿੱਚ ਬਾਦਲ ਲਿਖਣੇ ਨੀ ਆਪਾਂ ਕਿਉਂਕਿ ਉਹ ਸਰਨਾ ਸਾਹਿਬ ਦੇ ਅਕਾਲੀ ਦਲ ਸ਼੍ਰੋਮਣੀ ਕਲ ਦਿੱਲੀ ਦਾ ਉਹਦੇ ਨਾਲ ਮਿਲਦਾ ਜੁਲਦਾ ਵਾ ਉਹ ਲਿਖਦੇ ਸ਼੍ਰੋਮਣੀ ਕਲ ਦਿੱਲੀ ਇਹਨਾਂ ਲਿਖਦਾ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਇਸ ਕਰਕੇ ਤੁਹਾਡੀ ਗੱਲ ਬਿਲਕੁਲ ਦਰੁਸਤ ਆ ਇਹਨਾਂ ਦਾ ਲੀਡਰ ਕੋਈ ਨੀ ਗਿਆ ਇੱਕ ਲੀਡਰ ਨੂੰ ਮੈਂ ਪੁੱਛ ਬੈਠਾ ਮੈਂ ਕਿਹਾ ਵੀ ਜੇ ਤੁਸੀਂ ਗਏ ਨੀ ਅੱਗੋਂ ਹੱਸ ਕੇ ਕਹਿੰਦਾ ਪੱਟੀ ਸਾਹਿਬ ਤੁਸੀਂ ਰੋਜ਼ ਤੋਂ ਰੈਡੀ ਤੋਂ ਕਹਿ ਦਿੰਦੇ ਹਾਲਾਤ ਤੋਂ ਨਹੀਂ ਲੈਣ ਜਾਣਾ ਉੱਥੇ ਮੈਂ ਕਿਹਾ ਚਲੋ ਠੀਕ ਹੈ ਜੀ ਤੁਹਾਡੀ ਮਰਜ਼ੀ ਰੋਜ਼ ਤੇ ਰੇਡੀਓ ਤੇ ਕਹਿ ਦਿੰਦੇ ਕਾਕਾ ਜੀ ਦੀ ਗੱਲ ਕਰੀਏ ਕਾਕਾ ਜੀ ਅੱਜ ਕੱਲ ਸ਼ੋਪਿੰਗ ਸ਼ੂਪਿੰਗ ਵੀ ਕਾਫੀ ਕਰਦੇ ਪਏ ਕਿਤੇ ਗੋਲ ਗੱਪੇ ਕਿਤੇ ਮਠਿਆਈ ਕਿਤੇ ਲੰਚ ਕਰਦੇ ਆ ਕਿਤੇ ਰੱਖੜੀ ਬਣਾਉਣ ਵੀ ਜਾਂਦੇ ਆ ਕਿਤੇ ਹੁਣ ਤੁਸੀਂ ਕਹਿੰਦੇ ਸੀ ਪਾਪਾ ਭਾਈਚਾਰਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋਵੇ ਤੇ ਰੱਖੜੀ ਬਣਾਉਣ ਜਾਵੇ ਉਹ ਵੀ ਤਾਂ ਦੇਖੋ ਨਾ ਤੁਸੀਂ ਹੁਣ ਫਿਰ ਰਹਿਤ ਮਰਿਆਦਾ ਕੀ ਹੈ ਤੁਸੀਂ ਆ ਜਾਓ ਫਿਰ ਚਲੋ ਐਨੀ ਇਸ ਕਰਕੇ ਮੈਂ ਕਿਹਾ ਸੀਗਾ ਕਿ ਭਾਈਚਾਰਾ ਕੋਈ ਵੀ ਨਹੀਂ ਮਤਲਬ ਬਚਿਆ ਉਹ ਕੁਲਬੀਰ ਸਿੰਘ ਕੌੜੇ ਵਾਲੀ ਗੱਲ ਸਿੱਖ ਵੀ ਨਿਕਲਿਆ ਗਿਆ ਲੱਤਾਂ ਹੀ ਬਾਹਰ ਨੇ ਹਾਂਜੀ ਅਤੇ
ਸਰਦਾਰ ਸਾਹਿਬ ਕਿਤੇ ਗੋਲਗੱਪੇ ਖਾ ਰਹੇ ਨੇ, ਕਿਤੇ ਮੂੰਹ 'ਚ ਪਾਣੀ ਸਾਡੇ ਵੀ ਆ ਜਾਂਦਾ, ਕਿਤੇ ਗੋਲਗੱਪੇ ਵਾਲੀ ਗੱਲ ਸੁਣ ਕੇ ਤਾਂ ਮੈਂ ਹੈਰਾਨ ਹਾਂ। ਮੈਂ ਜੀ ਖਬਰ ਸੁਣਾ ਕੇ ਗਏ ਤਾਂ ਉਲਟੀ ਆਉਣ ਪੈਂਦੀ ਉਹ ਜਨਾਬ ਕੀ ਕਰਦਾ ਰਿਹਾ। ਪਰ ਇੱਥੇ ਹਾਂਜੀ ਕੜਵੀਂ ਜੁੱਤੀ ਵੀ ਲੈ ਰਹੇ ਨੇ। ਪਰ ਜਿਹੜਾ ਮਲੋੜ 'ਚ ਕਿਸਾਨਾਂ ਨੇ ਜਿਹੜੀਆਂ ਨੇਰੀਆਂ ਲਿਆਂਦੀਆਂ ਨੇ, ਤਰੇਰੀਆਂ ਲਿਆਂਦੀਆਂ ਨੇ, ਉਹਦੀ ਵੀ ਗੱਲ ਕਰ ਲੈਣੇ ਆ। ਉੱਥੋਂ ਜਾਣਾ ਪਿਆ ਜਨਾਬ ਨੂੰ, ਹੁਣ ਲਫ਼ਜ਼ ਭੱਜਿਆ ਲਫ਼ਜ਼ ਜਾਣਾ ਪਿਆ। ਕਮਾਈ ਨੇ ਸੁਖਬੀਰ ਬਾਦਲ ਦੀ ਕਲਾਸ ਠੋਕ ਕੇ ਲਾਈ ਪੈਲਸ 'ਚ ਕਿਸਾਨਾਂ ਨਾਲ। ਸੁਖਬੀਰ ਬਾਦਲ ਦੀ ਮੀਟਿੰਗ ਜੋ ਪੂਰੀ ਤਰ੍ਹਾਂ ਬੇਸਿੱਟਾ ਰਹੀ, ਕੀ ਕਹਿਣਾ ਚਾਹੋ? ਜਿਹੜੀ ਗੱਲ ਤੁਸੀਂ ਕੀਤੀ ਗੋਲਗੱਪੇ ਖਾਣ ਦੀ ਜੀ, ਮੈਂ ਛੋਟੀ ਜੀ ਤੁਹਾਨੂੰ ਇੱਕ ਪੁਰਾਣੀ ਹਟਪੀ ਜੀ ਸੁਣਾਉਣ ਲੱਗਾ। ਸਰਨਾ ਸਾਹਿਬ ਪਾਕਿਸਤਾਨ ਗਿਆ ਤੇ ਉਹਦੀ ਜੀ ਮੈਂ ਵੀ ਗਿਆ ਸੀ ਨਾਲ, ਤੇ ਇੱਕ ਗੱਡੀ ਸੀ ਗੁਲਜ਼ਾਰ ਅਨਵਰ ਸਾਡਾ ਜਿਹੜਾ ਸੀ ਉਹ ਡਰਾਈਵਰ ਸੀਗਾ ਕਾਰ ਦਾ, ਪਰਨਾ ਗੱਡੀ ਸੀ। ਤੇ ਮੈਂ ਉਹਨੂੰ ਕਿਹਾ ਅਨਵਰ ਨੂੰ, ਮੈਂ ਕਿਹਾ ਆਪਾਂ ਕਿੱਥੇ ਕਿਆ, ਕਹਿੰਦਾ ਲਾਹੌਰ ਦੇ ਵਿੱਚ ਫਲਾਣੀ ਜਗ੍ਹਾ ਕੇ। ਮੈਂ ਕਿਹਾ ਇੱਥੋਂ ਕਿੱਡੀ ਦੂਰ ਜਿੱਥੇ ਗੋਲ ਗੱਪੇ ਖਾਣ ਗਏ ਸੀ ਆਪਣੇ ਉਹ ਸੁਖਬੀਰ ਸਿੰਘ ਬਾਦਲ, ਕਹਿੰਦਾ ਲੱਗ ਗਈ ਆ। ਮੈਂ ਕਿਹਾ ਉੱਥੇ ਚੱਲ ਜਾਂਦਾ ਸੀ ਗੋਲ ਗੱਪੇ ਖਾ ਕੇ ਆਈ। ਸਰਨਾ ਸਾਹਿਬ ਬੈਠੇ ਸੀ, ਕਹਿੰਦੇ ਉਹ ਕਿੱਥੇ ਆ? ਉਹ ਕਹਿੰਦੇ ਜੀ ਉਹ ਬੀਬੀ ਵਾਲੇ ਬਾਜ਼ਾਰ ਚ ਆ। ਨਾ ਗੱਡੀ ਬੜੇ ਵਾਪਸ ਥੋੜੀ ਗੱਡੀ ਵਾਪਸ, ਐਵੇਂ ਫੋਟੋ ਖਿੱਚ ਕਰਾ ਦੂਗਾ ਕਹਿੰਦਾ ਗੋਲ ਕੇ ਫੜਾ ਦੇ ਉਸ ਤੋਂ। ਮਤਲਬ ਬੜੇ ਲੋਕ ਖਰਾਬ ਹੈਗੇ, ਇਹ ਫੋਟੋ ਲਾਉਣ ਲੱਗਾ ਮਿੰਟ ਲਾਉਣਾ ਹੈਗਾ ਇਹਨਾਂ ਨੇ। ਅੱਛਾ ਬਿਲਕੁਲ ਬਿਲਕੁਲ, ਉਦਾਂ ਦੀ ਗੱਲ ਬੜੀ ਵਧੀਆ ਰਹੀ, ਉਹਨਾਂ ਦੇ ਸਾਹਮਣੇ ਵੀ ਆਪਾਂ ਮਿਰਕਰੀ ਕੀਤੀ ਹੈ ਔਰ ਬੜੇ ਫੋਨ ਕਾਲ ਆਏ ਨੇ। ਅੱਛਾ ਲੱਗਾ ਕਿ ਤੁਸੀਂ ਜੀ ਬੜਾ ਨਿਰਪੱਖ ਹੋ ਕੇ ਉਹਨਾਂ ਨਾਲ ਗੱਲਬਾਤ, ਜਿਹੜੇ ਕੁਐਸਚਨ ਪੁੱਛਣ ਵਾਲੇ ਪੁੱਛੇ ਵੀ ਨੇ, ਕੁਝ ਲੋਕਾਂ ਨੇ ਆਪਣਾ ਮਨ ਵੀ ਬਣਾਇਆ ਸੁਣਨ ਤੋਂ ਬਾਅਦ ਕਿ ਅਸੀਂ ਆਪਣੇ ਭੈਣ ਭਰਾਵਾਂ ਨੂੰ ਫੋਨ ਕੀਤੇ ਨੇ ਕਿ ਵੋਟ ਪਾਇਓ ਜੀ। ਖੈਰ ਐਨੀਵੇ, ਅੱਛਾ ਫੇਰ ਹੁਣ ਆਪਾਂ ਗੱਲ ਕਰ ਰਹੇ ਸੀ ਗੋਲਗੱਪਿਆਂ ਤੋਂ, ਦੌੜਦੇ ਰਹੀ ਗੱਲ ਖਾਣ ਦੇ ਸ਼ਕੀਨ ਨੇ। ਜੁੱਤੀ ਲੈਣ ਤੋਂ ਬਾਅਦ, ਜੁੱਤੀ ਲੈਣ ਤੋਂ ਬਾਅਦ ਕਦੇ ਪਾਲਿਸ਼ ਨੀ ਮੰਗੀ ਵੀ, ਪਾਲਿਸ਼ ਵੀ ਦੇ ਦਿਓ, ਪਾਲਿਸ਼ ਵੀ ਕਰਨੀ ਪੈਣੀ ਆ। ਨਹੀਂ ਉਹ ਡਾਕਟਰ ਸੀਮਾ ਨੇ ਭੇਜਾ ਦੇਣੀ ਆ, ਉਹਨਾਂ ਅੱਗੇ ਜੁੱਤੀ ਅੱਗੇ ਗਿੱਟੋ ਨੇ ਕੀਤੀ ਅੱਗੇ ਅੱਲਾ ਵਜੇ ਗੱਲ ਕਰਦੇ, ਉਹਨਾਂ ਭੇਜਿਆ ਦੇਣੀ। ਉਹਨੇ ਮਲੋਰ ਚ ਗਏ ਨੇ, 100 ਦਿਨ ਦਾ ਪ੍ਰੋਗਰਾਮ ਆ, 100 ਦਿਨ ਇੱਕ ਹਫ਼ਤੇ ਦੇ ਵਿੱਚ 3 ਦਿਨ ਕੀਤਾ, ਬਾਕੀ 3 ਦਿਨ ਬਾਕੀ ਕੰਮ ਕਰਦੇ ਨੇ। ਠੀਕ ਹੈ ਜੀ, ਅਸੀਂ ਕਹਿੰਦੇ ਕਰਨਾ ਚਾਹੀਦਾ, ਲੋਕਾਂ ਤੱਕ ਜਾਣਾ ਚਾਹੀਦਾ, ਲੋਕ ਚਾਹੁੰਦੇ ਵੀ ਸਾਡੇ ਕੋਲ ਲੀਡਰ ਚੱਲ ਕੇ ਆਉਣ, ਸਹੀ ਗੱਲ। ਲੇਕਿਨ ਸਭ ਤੋਂ ਵੱਡੀ ਗੱਲ ਇਹ ਆ ਵੀ ਸੁਖਬੀਰ ਸਿੰਘ ਬਾਦਲ ਜਿਹੜਾ ਵਾ ਉਹ ਅਕਾਲੀ ਦਲ ਹੈ ਤੇ ਅਕਾਲੀ ਦਲ ਸੁਖਬੀਰ ਸਿੰਘ ਬਾਦਲ। ਜਦੋਂ ਐਮਰਜੈਂਸੀ ਲੱਗੀ ਸੀ ਉਦੋਂ ਮੈਨੂੰ ਯਾਦ ਨੀ ਕਿਹੜਾ ਸੀ ਪ੍ਰਧਾਨ ਸੀ ਕਿ ਕੌਣ ਸੀ ਇਹਨਾਂ ਦਾ, ਕਾਂਗਰਸ ਹੁੰਦੀ ਕਿਹਾ ਸੀ ਇੰਦਰਾ ਜੀ ਕਾਂਗਰਸ ਸੀ, ਕਾਂਗਰਸ ਜੀ ਇੰਦਰਾ। ਅੱਜ ਹਾਲਾਤ ਇਹ ਬਣੇ ਪਏ, ਸੁਖਬੀਰ ਅਜ ਅਕਾਲੀ ਦਲ, ਅਕਾਲੀ ਦਲ ਸੁਖਬੀਰ। ਕਿਉਂ? ਪਹਿਲਾਂ ਇਹ ਹੁੰਦਾ ਸੀ ਬਕਾਇਦਾ ਤੌਰ ਤੇ ਵਰਕਿੰਗ ਕਮੇਟੀ ਹੁੰਦੀ ਸੀ, ਐਗਜ਼ੀਕਿਊਟਿਵ ਕਮੇਟੀ ਹੁੰਦੀ ਸੀ, ਉਹ ਚ ਇੱਕ ਚੋਣ ਕਮੇਟੀ ਬਣਾਈ ਜਾਂਦੀ ਸੀ ਵੀ ਤੁਸੀਂ ਚੋਣ ਕਰਨੀ ਉਮੀਦਵਾਰਾਂ ਦੀ ਸਾਰਿਆਂ ਦੀ, ਆਪਣੇ ਕਿਹੜਾ ਕਿਹੜਾ ਉਮੀਦਵਾਰ ਜਿਹੜਾ ਉਹ ਦਾਅਵੇਦਾਰ ਤੇ ਕਿਹੜਾ ਕਿਹੜਾ ਬੰਦਾ ਫਿੱਟ, ਕਿਹੜਾ ਚੋਣ ਕੱਢ ਸਕਦਾ। ਅੱਜ ਉਹ ਬਿਲਕੁਲ ਫਿਨਿਸ਼, ਕੋਈ ਚੋਣ ਕਮੇਟੀ ਨੀ, ਕੋਈ ਕੋਰ ਕਮੇਟੀ ਨੀ, ਕੋਈ ਕਾਰਜਕਾਰੀ ਕਮੇਟੀ ਨੀ, ਕੋਈ ਵਰਕਿੰਗ ਕਮੇਟੀ। ਸੁਖਬੀਰ ਸਿੰਘ ਬਾਦਲ ਜਾਂਦੇ, ਤੂੰ ਇੱਥੋਂ ਉਮੀਦਵਾਰ ਜੀ, ਤੂੰ ਇੱਥੋਂ ਉਮੀਦਵਾਰ, ਕਦੀ ਕਿਸੇ ਨੇ ਪੁੱਛਿਆ, ਕਦੀ ਕੋਈ ਮੀਟਿੰਗ ਨੀ ਵੇਖੀ ਤੁਸੀਂ। ਇਸ ਕਰਕੇ ਸੁਖਬੀਰ ਸਿੰਘ ਬਾਦਲ ਦੀ ਇਹ ਜਿਹੜੀ ਉਹਨਾਂ ਦੱਸ ਦਿੱਤਾ, ਤੁਹਾਨੂੰ ਪਤਾ ਹੋਏਗਾ ਬ੍ਰਹਮਪੁਰਾ ਸਭ ਤੋਂ ਵੱਖ ਹੋਈ ਸੀ। ਜਦੋਂ ਅਕਾਲੀ ਦਲ ਹਾਰ ਗਿਆ, ਹਾਰ ਗਿਆ ਤੇ ਕੋਰ ਕਮੇਟੀ ਦੀ ਮੀਟਿੰਗ ਬੁਲਾਈ, ਇਹ ਗਏ ਸਾਰਿਆਂ ਤੋਂ ਬਾਅਦ 1 ਘੰਟਾ ਲੇਟ। ਵੇਖੋ ਜੀ ਮੈਂ ਆਹ ਪ੍ਰਪੋਜਲ ਬਣਾਈ, ਆਪਾਂ ਹੁਣ ਆਹ ਕੁਛ ਕਰਨਾ, ਆਉਂਦਾ ਸੁਖਬੀਰ ਚ ਇਹ ਕੁਛ ਨੀ ਕਰਨਾ, ਪਹਿਲਾਂ ਪਿਛਲਾ ਇਤਿਹਾਸ ਰੋਲ ਆਪਣਾ ਕੀ ਕਹਿੰਦਾ ਵਾ। ਜਦੋਂ ਪਾਰਟੀ ਹਰਦੀ ਚਿੰਤਨ ਕੀਤਾ ਜਾਂਦਾ ਵਾ, ਚਿੰਤਨ ਕਰ ਤੋਂ ਲੋੜ ਪਵੇ ਤੇ ਪ੍ਰਧਾਨ ਅਸਤੀਫਾ ਦਿੰਦਾ ਵਾ, ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾਂਦੀ ਆ। ਤੂੰ ਕਹਿੰਦਾ ਮੈਂ ਆਹ ਕਰਨਾ ਜੇ, ਕਹਿੰਦੇ ਕਿਹਨੂੰ ਸਕਦਾ। ਤੇ ਸੁਖਬੀਰ ਸਿੰਘ ਬਾਦਲ ਉਸ ਕੇ ਰੁੱਟ ਕੇ ਰੁਸ ਕੇ ਤੁਰ ਪਿਆ ਸੀ।
ਤੇ ਸੁੱਚਾ ਸਿੰਘ ਲੰਗਾਹ ਤੇ ਬੀਬੀ ਜਗੀਰ ਕੌਰ ਮੁੜ ਕੇ ਲਈ ਨਹੀਂ ਜੀ ਬਾਦਲ ਸਾਹਿਬ ਤੁਸੀਂ ਆ ਕੇ ਪੀਜੇ ਆਪਾਂ ਗੱਲ ਕਰਦੇ ਆਪਾਂ ਗੱਲ ਕਰਦੇ ਉੱਥੋਂ ਪਹਿਲੇ ਦਿਨ ਤੋਂ ਇਹਨਾਂ ਦੀ ਤ੍ਰੇੜ ਪਈ ਸੀ ਤ੍ਰੇੜ ਪੈਂਦੀ 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 ਮੁੜ ਕੇ ਜਿਹੜੇ ਸੀ ਉਹ ਬ੍ਰਹਮਪੁਰ ਸਾਹਿਬ ਵੱਖ ਹੋ ਗਏ ਢੀਂਡਸਾ ਸਾਹਿਬ ਨੇ ਉਹਦੇ ਇਹਦੀ ਸਪੋਰਟ ਕੀਤੀ ਉਹ ਵੀ ਵੱਖ ਹੋ ਗਈ ਲੇਕਿਨ ਉਹਨਾਂ ਦੀ ਆਦਤ ਆ ਮੈਂ ਸੋਚਦਾ ਪ੍ਰਕਾਸ਼ ਸਿੰਘ ਬਾਦਲ ਹੁੰਦੇ ਭਾਵੇਂ ਉਹ ਮਰਜ਼ੀ ਆਪਣੀ ਕਰਦੇ ਸੀ ਲੇਕਿਨ ਉਹ ਸਾਥੀਆਂ ਨੂੰ ਪੁੱਛਦੇ ਤੇ ਤੁਹਾਡੀ ਕੀ ਰਾਏ ਉਹ ਕਹਿੰਦੇ ਜੀ ਬਾਦਲ ਸਾਹਿਬ ਤੁਸੀਂ ਪ੍ਰਧਾਨ ਜਿੱਦਾਂ ਕਹੋਗੇ ਮਨਜ਼ੂਰ ਫਿਰ ਜੋ ਕਹਿੰਦੇ ਜੀ ਬਈ ਮੈਂ ਨਾ ਇੱਦਾਂ ਕਰ ਲਈ ਆਪਾਂ ਠੀਕ ਹੈ ਜੀ ਘੱਟੋ ਘੱਟ ਮਤਲਬ ਕੋਰ ਕਮੇਟੀ ਦੀ ਮੀਟਿੰਗ ਤਾਂ ਹੋਈ ਨਾ ਪੁੱਛਿਆ ਸੀ ਸਾਥੀਆਂ ਨੂੰ ਤੇ ਪੁੱਛਦੇ ਨੀ ਹੁਣ ਉੱਥੇ ਗਏ ਨੇ ਮਲੋਟ ਦੇ ਵਿੱਚ ਮਲੋਟ ਇਹਨਾਂ ਦਾ ਆਪਣਾ ਏਰੀਆ ਕਿਸਾਨ ਆ ਗਏ ਕਿਸਾਨਾਂ ਜੀ ਕੇ ਪਾਸੇ ਹੁੰਦਾ ਸੰਗੀਤ ਦਿੰਦਾ ਬਾਅਦ ਦੂਜੇ ਪਾਸੇ ਸੰਗੀਤ ਮੁਰਦਾਬਾਦ ਹੁੰਦੇ ਸੀ ਦੋ ਬਿਆਨ ਕੱਠੋ ਕੱਠੋ ਦੋ ਲੜੇ ਚੱਲ ਰਹੇ ਸੀ ਕਿਸਾਨ ਧੱਕੇ ਨਾਲ ਵੜ ਗਏ ਇਹ ਤੋਂ ਭੱਜ ਗਏ ਵੀ ਨਿਕਲ ਫਟਾਫਟ ਗੱਡੀ ਭਜਾ ਕੇ ਲੈ ਗਏ ਇਹ ਅੱਗੇ ਅੱਗੇ ਰਿਜ਼ੋਰਟ ਚੱਲੇ ਗਏ ਪਿੱਛੇ ਕਿਸਾਨ ਚੱਲੇ ਗਏ ਚਲੋ ਵੀ ਕਿੱਥੇ ਘਿਰ ਲੈਂਦੇ ਹੁਣ ਰਿਜ਼ੋਰਟ ਦਾ ਬੂਹਾ ਤੁਸੀਂ ਬੰਦ ਕਰਤਾ ਅਗਲੇ ਪਾਸੇ ਬੈਠੇ ਬਾਹਰ ਕਿਉਂ ਨਿਕਲ ਫਿਰ ਉਹਨਾਂ ਨੇ ਗੱਲਬਾਤ ਕੀਤੀ ਗੱਲਬਾਤ ਕੀਤੀ ਤੇ ਸਵਾਲ ਉਹਨਾਂ ਨੇ ਕਿ ਕਰਾਰੇ ਕਰਾਰੇ ਪੁੱਛੇ ਤੇ ਸੰਗੀਤ ਸਿੰਘ ਬਾਦਲ ਕੋਲ ਉਹਨਾਂ ਦਾ ਕੋਈ ਜਵਾਬ ਨਹੀਂ ਜਿਹਦੇ ਵਿੱਚ ਅਖਬਾਰ ਨੇ ਲਿਖਿਆ ਕਿ ਮੀਟਿੰਗ ਬੇਸਟ ਕਰ ਰਹੀ ਲੇਕਿਨ ਉਹਨਾਂ ਨੇ ਆਪਣਾ ਸੰਘਰਸ਼ ਜਾਰੀ ਰੱਖਿਆ ਲੇਕਿਨ ਮੈਂ ਇਹ ਗੱਲ ਜ਼ਰੂਰ ਕਹੂੰਗਾ ਸਿੰਘੂ ਬਾਰਡਰ ਦੀ ਸਟੇਟ ਦੇ ਉੱਤੋਂ ਸਟੇਜ ਦੇ ਉੱਤੋਂ ਜਿਹੜੇ ਆਗੂ ਨੇ ਬਲਬੀਰ ਸਿੰਘ ਰਾਜੇਵਾਲ ਉਹਨਾਂ ਨੇ ਕਿੰਨੀ ਵਾਰੀ ਕਹਿ ਚੁੱਕੇ ਆ ਕਿ ਸਾਡਾ ਵਿਰੋਧ ਬੀਜੇਪੀ ਨਾਲ ਆਵਾ ਸਾਰਿਆਂ ਦਾ ਵਿਰੋਧ ਕਰਨ ਦੀ ਲੋੜ ਨਹੀਂ ਲੇਕਿਨ ਜਦੋਂ ਉਹਨਾਂ ਨੇ ਪੁੱਛਿਆ ਗਿਆ ਵੀ ਇਹ ਵਿਰੋਧ ਕਿਉਂ ਕਰ ਰਹੇ ਕਹਿੰਦਾ ਦੁਖੀ ਇੰਨੇ ਕਰਨਗੇ ਲੋਕ ਕਿਸਾਨ ਦੁਖੀ ਇੰਨੇ ਕਰਨਗੇ ਫਿਰ ਕਹਿੰਦਾ ਇਹਨੂੰ ਝਾਤੀ ਮਾਰਨੀ ਚਾਹੀਦੀ ਲੀਡਰ ਨੂੰ ਥੱਲੇ ਆਪਣੇ ਕਿੱਥੇ ਕਿੱਥੇ ਨੀ ਅੱਗੇ ਅੱਜ ਤੇ ਚਾਵਲਾ ਸਾਹਿਬ ਕਿਸੇ ਲੀਡਰ ਦਾ ਤੁਸੀਂ ਕਹਿੰਦੇ ਫਲਾਣੀ ਪਾਰਟੀ ਲੋਕੀ ਨਫ਼ਰਤ ਜੀ ਕਰਨ ਲੱਗ ਪਈ ਜੇ ਕੋਈ ਸਮਾਂ ਸੀ ਅਕਾਲੀ ਦਲ ਦਾ ਜਥੇਦਾਰ ਜਾਂਦਾ ਹੁੰਦਾ ਸੀ ਤਾਂ ਘਰੋਂ ਤੁਰਦਾ ਸੀ ਰੋਟੀ ਪਾਣੀ ਖਾ ਕੇ ਤੇ ਸ਼ਾਮੀ ਘਰੇ ਜਾ ਕੇ ਖਾਂਦਾ ਸੀ ਸਾਰਿਆਂ ਨੂੰ ਟਾਈਮ ਦਿੱਤਾ ਹੁੰਦਾ ਸੀ ਤੂੰ ਇੰਨੇ ਵਾਰੀ ਕਾਰਪੋਰੇਸ਼ਨ ਦੀ ਤੂੰ ਡੀ ਓ ਸੀ ਆਫਿਸ ਤੂੰ ਐਸ ਡੀ ਓ ਆਫਿਸ ਸਾਰਾ ਟਾਈਮ ਦਿੱਤਾ ਉਹ ਟਾਈਮ ਤੇ ਪ੍ਰੋਪਰ ਪੁੱਜਦਾ ਸੀ ਲੋਕਾਂ ਦੇ ਕੰਮ ਕਰੇ ਘਰਾਂ ਚ ਰੋਟੀ ਖਾਂਦਾ ਸੀ ਕਿਸੇ ਕੋਲ ਪਾਣੀ ਦਾ ਨੀ ਪਾਣੀ ਨੀ ਸੀ ਅੱਜ ਤੂੰ ਗੱਲਾਂ ਹੀ ਨੀ ਰਹੀਆਂ ਤੂੰ ਜਥੇਦਾਰੀ ਨੀ ਰਹੀਆਂ ਅੱਜ ਕੱਲ੍ਹ ਤੇ ਚਲੋ ਹੋਰ ਆਪਾਂ ਕੀ ਕਹਿਣਾ ਚਲੋ ਇਹ ਤਾਂ ਸਾਰੀ ਬਰਾਬਰ ਹੀ ਆ ਉਹ ਜੋਗਿੰਦਰਪਾਲ ਜਥੇਦਾਰ ਸੀ ਜੈਨ ਸਾਹਿਬ ਇਹੀ ਗੱਲ ਕਹੀ ਸੀ ਨਾ ਪੀਏ ਨੇ ਉਹਨਾਂ ਨੇ ਕਹਿੰਦਾ ਜੀ ਤੁਸੀਂ ਜਲਦੀ ਬੈਠੋ ਜਥੇਦਾਰ ਸਿੰਘ ਅੰਦਰ ਸ਼ੇਵ ਕਰਦੇ ਆ ਹੁਣੇ ਆਉਂਦੇ ਮਿਲ ਜਾਓ ਜੀ ਜੀ ਉਹ ਵੀ ਜਥੇਦਾਰ ਨੇ ਤੇ ਇਹ ਵੀ ਜਥੇਦਾਰ ਫਰਕ ਇਹ ਆ ਸਵਾਲ ਜਿਦਾਂ ਇਹ ਦਿੱਲੀ ਜਿਹੜੀਆਂ ਇਹ ਧਾਰਮਿਕ ਵੋਟਾਂ ਜਿਹੜੀਆਂ ਬਹੁਤ ਘੱਟ ਪਈਆਂ ਇਹਨਾਂ ਦੇਸ਼ਾਂ ਦੇ ਵਿੱਚ ਇਹਨਾਂ ਕੰਟਰੀਆਂ ਚ ਦੇਖੋ ਵੋਟਾਂ ਬਣਾਉਂਦੇ ਹੀ ਨਹੀਂ 10% ਵੀ ਵੋਟਾਂ ਨਹੀਂ ਬਣਦੀਆਂ ਜਿੰਨੀਆਂ ਸਿੱਖਾਂ ਦੀਆਂ ਵੋਟਾਂ ਇਦੋਂ ਵੀ ਘੱਟ ਬਣਦੀਆਂ ਇਹ ਪ੍ਰਬੰਧਕਾਂ ਦੇ ਮੂਹਰੇ ਸਵਾਲ ਤੁਸੀਂ ਕਰੋ ਕਿ ਵੋਟਾਂ ਕਿਉਂ ਨਹੀਂ ਬਣਦੀਆਂ ਸਿੱਖ ਵੋਟਾਂ ਦੇ ਵਿੱਚ ਕਿਉਂ ਦਿਲਚਸਪੀ ਨਹੀਂ ਲੈਂਦੇ ਇਹ ਵਜ੍ਹਾ ਕੀ ਆ ਇਹ ਪ੍ਰਬੰਧਕ ਦੱਸਣ ਇਹ ਉਹਨਾਂ ਮੂਹਰੇ ਸਵਾਲ ਕੁਝ ਗੁਰਦੁਆਰਾ ਸਾਹਿਬ ਦੇ ਜਿਹੜੀਆਂ ਨੇ ਉਹਨਾਂ ਦੇ ਮੈਨੀਫੈਸਟੋ ਦੇ ਵਿੱਚ ਹੈ ਜਿਵੇਂ ਡਿਕਸੀ ਰੋਡ ਗੁਰਦੁਆਰਾ ਸਾਹਿਬ ਬਾਰੇ ਮੈਂ ਜਾਣਦਾ ਹਾਂ ਕਿ ਉਹਨਾਂ ਦੀ ਮੈਂਬਰਸ਼ਿਪ ਹੈਗੀ ਆ ਠੀਕ ਹੈ ਜੀ 1100 ਸਾਲ ਦੀ ਹੈ ਜਿਹੜੀ ਸਾਰੀ ਲਾਈਫ ਟਾਈਮ ਦੀ ਸੋਰੀ ਲਾਈਫ ਟਾਈਮ ਦੀ 1100 ਡੀਸੀ ਦੇ ਵਿੱਚ ਵੀ ਕੁਝ ਗੁਰਦੁਆਰਾ ਸਾਹਿਬਾਨਾਂ ਦੀਆਂ ਹੈਗੀਆਂ ਨੇ ਠੀਕ ਹੈ ਬਾਕੀ ਹੁਣ ਇਹਨਾਂ ਦੇ ਜਿਹੜੇ ਆਪੋ ਆਪਣੇ ਜਿਹੜੇ ਨੇ ਮੈਨੀਫੈਸਟੋ ਜਾਂ ਆਪਣੇ ਆਪਣੇ ਜਿਹੜੀਆਂ ਨੇ ਉਹਨਾਂ ਨੇ ਕਾਰਪੋਰੇਸ਼ਨ ਵੈਸੇ ਤਾਂ ਰਜਿਸਟਰ ਕਰਵਾਉਣੀ ਪੈਂਦੀ ਹੈ ਜੀ ਅਤੇ ਹੁਣ ਉਹਨਾਂ ਨਾਲ ਅਸੀਂ ਕਰ ਲਾਂਗੇ ਜੀ ਗੱਲ ਤੁਸੀਂ ਕਹਿੰਦੇ ਹੋ ਦੇਲਾਂ ਫੇਰ ਵੀ ਇਹ ਮਾਲਕੀ ਤਾਂ ਨਹੀਂ ਹੋ ਗਈ ਗੁਰੂ ਘਰ ਤਾਂ ਹਰ ਕਿਸੇ ਦਾ ਸਾਂਝਾ ਹੈ ਤੁਹਾਡਾ ਗੱਲ ਤੁਹਾਡੀ ਇੱਥੇ ਵੋਟਾਂ ਦੇ ਵਿੱਚ ਕਿਉਂ ਨਹੀਂ ਲੋਕ ਹਿੱਸਾ ਲੈਂਦੇ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਇੱਥੇ ਵੀ ਜਦੋਂ ਦੇਖੋ ਹੁਣ ਮੈਂ ਜਦੋਂ ਆਪਾਂ ਬੀਸੀ ਦੇ ਗੁਰਦੁਆਰਾ ਸਾਹਿਬ ਦੀ ਗੱਲ ਕਰਦੇ ਉੱਥੇ ਚੋਣਾਂ ਹੁੰਦੀਆਂ ਨੇ ਡਿਕਸੀ ਰੋਡ ਗੁਰਦੁਆਰਾ ਸਾਹਿਬ ਦੀਆਂ ਚੋਣਾਂ ਹੁੰਦੀਆਂ ਨੇ ਲੋਕ ਇੱਥੇ ਆਪਣਾ ਮਤਲਬ ਸਲੇਟਾਂ ਇੱਥੇ ਵੀ ਨੇ ਬੀਸੀ ਵਾਲੀਆਂ ਗੁਰਦੁਆਰਾ ਸਾਹਿਬ ਦੀ ਜਿਹੜੀਆਂ ਨੇ ਉਹ ਮਤਲਬ ਕੁਝ ਹੋਰ ਥਾਵਾਂ 'ਤੇ ਵੀ ਹੋਈਆਂ ਨੇ ਪਰ ਤੁਹਾਡੀ ਗੱਲ ਬਿਲਕੁਲ ਸਹੀ ਹੈ ਕੁਝ ਗੁਰਦੁਆਰਾ ਸਾਹਿਬ 'ਚ ਨਹੀਂ ਹੈਗੀ ਮੈਂਬਰਸ਼ਿਪ ਉੱਥੇ ਖੜੇ ਦਾ ਹੀ ਖਾਲਸਾ ਹਾਂਜੀ ਉਹ ਤਾਂ ਮੈਂ ਮੇਰਾ ਮੈਨੂੰ ਤਾਂ ਹੈਰਾਨ ਰਹਿ ਜਾਂਦਾ ਕਿਸੇ ਵੇਲੇ ਪੁੱਛਦਾ ਨਾ ਤੁਸੀਂ ਗੱਲ ਛੇੜ ਦਿੱਤੀ ਹੈ ਫਿਰ ਮੈਨੂੰ ਭੁੰਨਾ ਦੀ ਖੱਖਰ ਵਾਲੀ ਗੱਲ ਹੋ ਜਾਣੀ ਜਦੋਂ ਇੱਧਰ ਨੂੰ ਆਉਂਦਾ ਫਿਰ ਮੈਂ ਸਿੱਧਾ ਹੋ ਜਾਂਦਾ ਮੇਰੀਆਂ ਭਾਵਨਾਵਾਂ ਕੁਝ ਹੋਰ ਨੇ ਸਮਝਣ ਵਾਲੇ ਸਮਝ ਲੈਂਦੇ ਨੇ
ਉਹ ਤਾਂ ਕਹਿੰਦੇ ਭਾਈ ਕੱਪੜ ਕੁਫਣ ਬੰਨ ਕੇ ਆ ਉਹਨੇ ਹਿਸਾਬ ਸੁਭ ਲੈਣਾ ਤੇ ਘਰ ਸਤਿ ਸ੍ਰੀ ਅਕਾਲ ਬੁਲਾ ਕੇ ਆ ਉਹ ਹਿਸਾਬ ਲੈਣਾ ਗੁਰਦੁਆਰਾ ਤੇ ਗੁਰੂ ਦੀ ਗੋਲਕ ਗੁਰੂ ਤੇ ਸਾਡਾ ਤੁਸੀਂ ਮਾਮੇ ਲੱਗਦੇ ਹਿਸਾਬ ਲੈਣ ਵਾਲੇ ਉਹ ਤਾਂ ਇੱਥੋਂ ਤੱਕ ਜਾਂਦੇ ਨੇ ਕਈ ਪੱਟੀ ਸਾਹਿਬ ਵੇਖਿਆ ਹੀ ਹੈ ਕਿੱਦਾਂ ਕਿੱਦਾਂ ਛਿੱਲ ਲਾਉਂਦੇ ਇੱਕ ਦੂਜੇ ਦੀ ਹੈ ਕਿਵੇਂ ਕਿਵੇਂ ਜੂਤ ਪਤਾੰਗ ਹੁੰਦਾ ਕਿਵੇਂ ਦਸਤਾਰਾਂ ਖਿਲਰਦੀਆਂ ਨੇ ਗੁਰੂ ਦੀ ਗੋਲਕ ਦੀ ਸੇਵਾ ਕਰਨ ਵਾਸਤੇ ਉਹ ਕਹਿੰਦਾ ਮੈਂ ਖਜ਼ਾਨਚੀ ਵਧੀਆ ਬਣ ਸਕਦਾ ਕਹਿੰਦਾ ਮੈਂ ਸੈਕਟਰੀ ਵਧੀਆ ਬਣ ਸਕਦਾ ਕਦੀ ਕਿਸੇ ਨੇ ਕਿਹਾ ਜੱਜ ਸਾਹਿਬ ਮੈਂ ਕੌਲੀਆਂ ਭਾਂਡੇ ਮਾਂਜਣ ਲੱਗਾ ਸੀ ਆ ਕੇ ਇਹਨੇ ਮੇਰੇ ਕੋਲ ਸੇਵਾ ਖੋਲੀ ਨੂੰ ਸਜ਼ਾ ਦਿਓ ਗਿਆ ਕੋਈ ਅਦਾਲਤ ਵਿੱਚ ਇਸ ਚੀਜ਼ ਨੂੰ ਲੈ ਕੇ ਖੈਰ ਨਹੀਂ ਨਹੀਂ ਇਹ ਤਾਂ ਇੱਕ ਇਹ ਤੁਹਾਨੂੰ ਸਾਨੂੰ ਵਿਚਾਰਨਾ ਪਊਗਾ ਕਿ ਜੇ ਦਿੱਲੀ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵਿੱਚ ਨੌਜਵਾਨ ਜਾਂ ਦੂਜਾ ਵਰਗ ਨਹੀਂ ਗਿਆ ਜਾਂ ਲੋਕਾਂ ਨੇ ਪਿੱਠ ਵਿਖਾਈ ਕੁਛ ਵੀ ਕਾਰਨ ਹੋ ਸਕਦੇ ਅਤੇ ਇੱਥੇ ਵੀ ਇਹੀ ਹਾਲਾਤ ਹੁਣ ਮੈਂ ਸੱਚ ਬੋਲਦਾ ਤਾਂ ਗੁਰੂ ਨੂੰ ਦੇ ਕੇ ਆਉਂਦੇ ਨੇ ਅਤੇ ਗੁਰੂ ਦਾ ਅੰਨ ਖਾਣ ਵਾਲੇ ਜਿਹੜੇ ਨੇ ਉਹ ਆਪਣਾ ਸਮਝ ਕੇ ਖਾਈ ਜਾਂਦੇ ਨੇ ਕੋਈ ਗੱਲ ਨਹੀਂ ਚਲੋ ਜੇ ਖਾਂਦੇ ਹੋਣਗੇ ਇੱਥੇ ਦੇਣਾ ਪੈਣਾ ਭੱਟੀ ਸਾਹਿਬ 2 ਮਿੰਟ ਰਹਿ ਗਏ ਨੇ ਗੱਲ ਨਿਕਲ ਚੱਲੀ ਅਕਾਲੀ ਦਲ ਅਤੇ ਬਸਪਾ ਦਾ ਸਮਝੌਤਾ ਅਤੇ ਸੰਕਟ ਦੇ ਬਦਲ ਮੰਡਰਾਉਣ ਲੱਗੇ ਨੇ ਬਿਲਕੁਲ ਜੀ ਗੱਲ ਤਾਂ ਫਿਰ ਉੱਥੇ ਮੁੱਕਦੀ ਆ ਗਈ ਜੀ ਸ਼ੁਰੂ ਕੀਤੀ ਸੀ ਆਪਾਂ ਸੁਖਬੀਰ ਸਿੰਘ ਬਾਦਲ ਨੂੰ ਜਾਂ ਤੇ ਯਾਦ ਨੀ ਰਹਿੰਦਾ ਤੇ ਜਾਂ ਫਿਰ ਆਪਣੀ ਮਨਮੰਨੀ ਕਰੀ ਜਾਣਦੇ ਹੁਣ ਵੇਖੋ ਅੰਮ੍ਰਿਤਸਰ ਨੌਰਥ ਦੀ ਸੀਟ ਜਦੋਂ ਸੀਟਾਂ ਦੀ ਵੰਡ ਕੀਤੀ ਕਿ 20 ਸੀਟਾਂ ਦਿੱਤੀਆਂ ਬਸਪਾ ਨੂੰ ਅੰਮ੍ਰਿਤਸਰ ਨੌਰਥ ਦੀ ਸੀਟ ਜਿਹੜੀ ਆ ਉਹ ਇੱਥੇ ਆਈ ਹੈ ਬਸਪਾ ਨੂੰ ਜਿਹੜੀ ਸੁਜਾਨਪੁਰ ਦੀ ਪਠਾਨਕੋਟ ਜ਼ਿਲ੍ਹੇ ਦੀ ਸੀਟ ਆਈ ਆ ਬਸਪਾ ਦੇ ਇੱਥੇ ਆਈ ਜਿਹੜੇ ਦੋ ਬੰਦੇ ਭਾਜਪਾ ਦੇ ਸ਼ਾਮਲ ਹੋਏ ਇੱਕ ਜੋਸ਼ੀ ਤੇ ਇੱਕ ਗੁਪਤਾ ਗੁਪਤੇ ਨੂੰ ਸੁਜਾਨਪੁਰ ਤੋਂ ਅਨਾਊਂਸ ਕਰਤਾ ਵੀ ਸਾਡਾ ਉਮੀਦਵਾਰ ਹੋਏਗਾ ਤੇ ਜੋਸ਼ੀ ਨੂੰ ਨੌਰਥ ਨੂੰ ਕਰਤਾ ਫਿਰ ਨੈਚੁਰਲੀ ਆ ਜਿਹੜੀ ਹੁਣ ਮੀਟਿੰਗ ਹੋਣੀ ਹੈ ਇਹਨਾਂ ਦੀ ਆਪਣੇ ਅਧਿਕਾਰੀਆਂ ਦੀ ਬਸਪਾ ਦੇ ਲੀਡਰਾਂ ਦੀ ਤੇ ਸੁਖਬੀਰ ਸਿੰਘ ਬਾਦਲ ਦੀ ਉਹਦੇ ਚ ਕੀ ਜਵਾਬ ਦੇਣਗੇ ਮਸਲਾ ਇਹ ਜਾਂ ਤਾਂ ਉਹਨਾਂ ਕੋਲ ਸਲਾਹਕਾਰ ਉਹ ਮੰਨਦੇ ਨੀ ਸਲਾਹਕਾਰ ਦੀ ਜਾਂ ਸਲਾਹਕਾਰ ਵੀ ਉਹੋ ਜਿਹਾ ਹੀ ਆ ਨਾ ਹੁਣ ਤੁਸੀਂ ਭੁੱਲਣ ਵਾਲੀ ਗੱਲ ਕੀਤੀ ਮੈਂ ਚਾਵਲਾ ਸਾਹਿਬ ਪੰਜਾਬ ਦੇ ਵਿੱਚ ਜਿਹੜੇ ਬੁੱਧੀਜੀਵੀਆਂ ਦੀ ਤੇ ਸਲਾਹ ਦੇਣ ਵਾਲਿਆਂ ਦੀ ਕਮੀ ਨਹੀਂ ਹੈਗੀ ਬੜੇ ਸਿਆਣੇ ਸਿਆਣੇ ਬੰਦੇ ਬੈਠੇ ਪਰ ਸਿੱਧੂ ਦੇ ਸਲਾਹਕਾਰ ਅੱਗੇ ਕਿਤੇ ਫਿਰ ਗੱਲ ਕਰਾਂਗੇ ਆਪਾਂ ਅੱਛਾ ਚਲੋ ਮੈਨੂੰ ਇੱਕ ਮਾਫੀਆ ਫਿਲਮਾਂ ਦੇ ਵਿੱਚ ਉਗਰਾਹੀ ਕਰਦਾ ਹੁੰਦਾ ਸੀ ਵੈਸੇ ਰਕਮ ਬੜੀ ਵੱਡੀ ਹੈ 1,00,000 ਕਰੋੜ ਦੀ ਪੰਜਾਬ ਵਿੱਚ ਮਾਫੀਆ ਵੱਲੋਂ ਕੀਤੀ ਜਾ ਰਹੀ ਸਲਾਨਾ ਅਗਵਾਈ 2 ਮਿੰਟ ਨੇ ਵਾਈਂਡ ਅਪ ਕਰਾਂਗੇ ਚਾਵਲਾ ਸਾਹਿਬ ਇੱਕ ਸਰਵੇ ਦੇ ਮੁਤਾਬਕ ਪੰਜਾਬ ਦੇ ਵਿੱਚ 1,000 ਕਰੈਸ਼ਰ ਹੈ 1,000 ਕਰੈਸ਼ਰ ਬੋਲ 1,000 ਕਰੈਸ਼ਰ ਦੇ ਵਿੱਚੋਂ ਹਰ ਰੋਜ਼ 1,00,000 ਟਰੱਕ ਬਜਰੀ ਦਾ ਭਰ ਕੇ ਨਿਕਲਦਾ ਤੇ ਹਰ ਟਰੱਕ ਕੋਲੋਂ 6,000 ਰੁਪਇਆ ਗੁੰਡਾ ਟੈਕਸ ਲਿਆ ਜਾਂਦਾ ਬੋਲੇ ਬੋਲੇ ਤੇ 1 ਦਿਨ ਦੇ ਵਿੱਚ ਕੀਮਤ ਕਿੰਨੀ ਕੀਮਤ ਬਣਦੀ ਹੈ 60 ਕਰੋੜ ਰੁਪਇਆ ਇਕੱਠਾ ਹੁੰਦਾ ਮਹੀਨੇ ਦਾ 1,800 ਕਰੋੜ ਬਣਦਾ ਤੇ ਸਾਲ ਦਾ 21,600 ਕਰੋੜ ਬਣਦਾ ਬੋਲੇ ਬੋਲੇ 1 ਟਰੱਕ ਬਜਰੀ ਦੇ ਪਿੱਛੇ 3 ਟਰੱਕ ਰੇਤਾ ਨਿਕਲਦੇ 1 ਟਰੱਕ ਕੋਲੋਂ ਜਿਹੜੇ ਆ ਉਹ 4,000 ਰੁਪਇਆ ਗੁੰਡਾ ਟੈਕਸ ਲੈ ਜਾਂਦਾ ਪਰਚੀ ਉਹਦੇ ਹਿਸਾਬ ਨਾਲ ਹਰ ਰੋਜ਼ 120 ਕਰੋੜ ਰੁਪਏ ਇਕੱਠੇ ਹੁੰਦੇ ਬੱਲੇ 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 ਮਹੀਨੇ ਦੇ 3,600 ਕਰੋੜ ਰੁਪਏ ਇਕੱਠੇ ਹੁੰਦੇ ਆ ਤੇ ਸਾਲ ਦੇ 43,200 ਕਰੋੜ ਇਕੱਠੇ ਹੁੰਦੇ ਜਿਹੜੀ ਸ਼ਰਾਬ ਦੀ ਗੱਲ ਕਰਦੇ ਆਪਾਂ ਜਿਹੜਾ ਤਾਮਿਲਨਾਡੂ ਸੂਬਾ ਵਾ ਉਹ 35,000 ਕਰੋੜ ਰੁਪਇਆ ਸਾਲ ਦਾ ਸ਼ਰਾਬ ਤੋਂ ਕੰਮ ਕਰਾਉਂਦਾ ਤੇ ਸਿੱਧੂ ਸਾਹਿਬ ਨੇ ਕਿਹਾ ਸੀ ਕਿ ਸਰਕਾਰ ਇੱਕ ਕਾਰਪੋਰੇਸ਼ਨ ਬਣਾ ਦੇ ਤੇ ਇਹਦੇ ਵਿੱਚ ਘੱਟੋ ਘੱਟ ਜੇ ਤੁਸੀਂ ਕਾਰਪੋਰੇਸ਼ਨ ਬਣਾਓਗੇ ਤੇ 40,000 ਨੌਜਵਾਨਾਂ ਨੂੰ ਰੁਜ਼ਗਾਰ ਮਿਲੋਗੇ ਜੇ ਉਹ 35,000 ਕਰੋੜ ਕਮਾਉਂਦਾ ਵਾ ਤਾਮਿਲਨਾਡੂ ਇੱਥੇ ਤੇ 50 ਵੀ ਹੋ ਸਕਦਾ ਬਿਲਕੁਲ ਬਿਲਕੁਲ ਮੈਂ 35 ਦੀ ਗੱਲ ਕਰ ਲੈਂਦੇ ਕਿੱਥੇ ਜਾਂਦਾ ਸੂਬਾ 35,000 ਦੇ ਵਿੱਚੋਂ ਸਾਲ ਦਾ 10 ਕਰੋੜ ਰੁਪਇਆ ਖਰਚਾ ਕੱਢ ਲਓ ਤੁਸੀਂ ਸਾਰਾ ਤਨਖਾਹ ਤਨਖਾਹ 10 ਕਰੋੜ ਬੜਾ ਹੁੰਦਾ ਬਾਕੀ 25,000 ਕਰੋੜ ਬਾਰੇ ਇੱਥੇ ਵਸ ਨੀ ਅੱਗੇ ਚੱਲੋ ਟਰਾਂਸਪੋਰਟ ਅੱਜ ਵੀ ਟਰਾਂਸਪੋਰਟ ਸਾਡੀ ਆ ਉਹ ਸਾਰੀ ਪ੍ਰਾਈਵੇਟ ਆ ਜੇ ਕਿਤੇ ਇਹ ਟਰਾਂਸਪੋਰਟ ਅਸੀਂ ਜਿਹੜੀ ਆ 50% ਵੀ ਜਾਂ 70% ਵੀ ਰੋਡ ਜੇ ਕਰ ਦਈਏ ਉਹਦੇ ਚ ਘੱਟੋ ਘੱਟ ਲੱਖਾਂ ਬੰਦਿਆਂ ਨੂੰ ਰੁਜ਼ਗਾਰ ਮਿਲੂਗਾ ਅਸੀਂ ਘੱਟ ਤੋਂ ਘੱਟ ਵੀ ਲਾ ਲਈਏ ਤੇ 10,000 ਕਰੋੜ ਰੁਪਇਆ ਸਾਨੂੰ ਇਨਕਮ ਹੋ ਸਕਦੀ ਖਰਚੇ ਖੁਰਚੇ ਕੱਢ ਬਿਲਕੁਲ
ਇਹ ਅਗਲਿਆਂ ਦੇ ਸਾਰੇ ਡਾਟੇ ਕੱਢੇ ਨੇ। ਇਹ ਬਣਦੀ ਕਿੰਨੀ ਸਾਰੀ ਮਿਲਾ ਲਓ 99,800 ਕਰੋੜ ਬਣਦੀ ਹੈ, ਮਤਲਬ 1,00,000 ਕਰੋੜ ਬਣਦੀ ਹੈ ਤੇ 1,00,000 ਕਰੋੜ ਰੁਪਇਆ ਇੱਕ ਸਾਲ ਦੇ ਵਿੱਚ ਤੁਸੀਂ ਕਿਸਾਨਾਂ ਦਾ ਸਾਰਾ ਖਰਚਾ ਲਾ ਖਰਚਾ ਲਾ ਸਕਦੇ। ਬੱਲੇ ਬੱਲੇ ਕੇਂਦਰ ਤੋਂ ਪਰਮਿਸ਼ਨ ਲੈ ਕੇ ਉਹਨਾਂ ਦੇਸ਼ਾਂ ਨੂੰ ਮਹਿੰਗੇ ਭਾਅ ਤੇ ਵਿਕੇ ਜਿੱਥੇ ਕਣਕ ਨਹੀਂ ਹੈ। 1975 ਦੇ ਵਿੱਚ ਇਹਨਾਂ ਨੇ ਓਪਨ ਕਰ ਦਿੱਤਾ ਸੀ ਵਪਾਰ ਤੇ ਪੰਜਾਬ ਦੇ ਕਿਸਾਨਾਂ ਨੇ ਆਲੂ ਇਰਾਨ ਨੂੰ ਭੇਜਿਆ ਸੀ ਤੇ ਬੜੇ ਖੁੱਲੇ ਪੈਸੇ ਕਮਾਏ ਸੀ ਤੇ ਮੁੜ ਕੇ ਵਪਾਰੀਆਂ ਨੇ ਕਹਿਤਾ ਤੁਸੀਂ ਕਿਸਾਨਾਂ ਨੂੰ ਛੋੜ ਦਿੱਤੇ ਤੇ ਪੈਸੇ ਭੁੱਖੇ ਮਰ ਜਾਣਗੇ, ਸਰ ਤੁਸੀਂ ਮਰੋਗੇ ਤੁਹਾਨੂੰ ਇਲੈਕਸ਼ਨ ਤੇ ਪੈਸੇ ਨਾ ਦੇਣੇ। ਇਸ ਕਰਕੇ ਇਹ ਪੋਲਿਸੀ ਮੈਟਰ ਸਿੱਧੀ ਜਿਹੀ ਗੱਲਾਂ ਸਹੀ ਸੱਚੀਆਂ ਨੇ, ਉਹ ਕੰਮ ਅਜੇ ਪ੍ਰੈਕਟੀਕਲੀ ਹੋ ਜਾਵੇ ਸਾਰਾ ਤੇ ਮੈਂ ਨਾ ਚਲੋ ਮੰਨ ਲਓ ਕਿ 1,00,000 ਕਰੋੜ ਨਹੀਂ 70,000 ਕਰੋੜ ਬਾਗੇ ਬਣਾਉਂਦਾ 30,000 ਕਰੋੜ ਗੱਲ ਇਹ ਆ ਕਿ ਗੱਲਾਂ ਬੜੀਆਂ ਡੂੰਘੀਆਂ ਨੇ ਇਹ ਇੰਪਲੀਮੈਂਟ ਕਰਨ ਵਾਸਤੇ ਸੱਚੇ ਦਿਲੋਂ ਵਰਕਰ ਕਨੈਕਟਰ ਲੈ ਕੇ ਡਰਾਈਵਰ ਤੇ ਜਿਹੜਾ ਅੱਡੇ ਦੇ ਬਸਾਂ ਵਾਲੇ ਦੇ ਤੇ ਖਲੋਤਾ ਹੋਇਆ ਉਹਦਾ ਜਾਂ ਇੰਚਾਰਜ ਜਾਂ ਇੰਸਪੈਕਟਰ ਜਾਂ ਉਹਦੇ ਲੈਵਲ ਦ
ਵਿੱਚ ਸਾਰੇ ਮਿਲੇ ਭੁਗਤੇ, ਸਰਕਾਰ ਦਾ ਖਜ਼ਾਨਾ ਖਾਲੀ। ਹਾਂਜੀ ਹੈ ਹੀ ਨਹੀਂ ਸਵਾਰੀ ਜੀ, ਉਹ ਤੁਹਾਨੂੰ ਪਤਾ ਹੀ ਹੈ ਨਾ, ਬਾਸੀ ਖਾ ਜਾਂਦੇ ਕਨੈਕਟਰ ਡਰਾਈਵਰ ਨਾਲ ਕੇ। ਚਾਵਲਾ ਸਾਹਿਬ ਜਦੋਂ ਜਦੋਂ ਤੁਹਾਡੀ ਪ੍ਰਾਈਵੇਟ ਟ੍ਰਾਂਸਪੋਰਟ ਹੋਣੀ ਨਹੀਂ, ਗੁਜਰਾਤ ਪ੍ਰਾਈਵੇਟ ਟ੍ਰਾਂਸਪੋਰਟ ਨਹੀਂ ਹੈਗੀ ਜੀ ਜੀ, ਸਪੈਸ਼ਲ ਬੱਸਾਂ ਫਿਰਦੀ ਉਹਦਾ ਐਸਟੀ ਕਹਿੰਦੇ ਹੋ, ਸਟੇਟ ਟ੍ਰਾਂਸਪੋਰਟ ਕਹਿੰਦੇ ਆ, ਪਿੰਡਾਂ ਤੱਕ ਵੀ ਹੋ ਜਾਂਦੀ ਹੈ, ਬੜੀ ਕੰਮ ਦਾ ਟ੍ਰਾਂਸਪੋਰਟ ਹੋ ਗਿਆ। ਬਿਲਕੁਲ ਹੋ ਸਕਦੀ ਹੈ ਕੁਛ ਵੀ, ਵੇਖੋ ਗੱਲ ਤੇ ਹੈ ਨੇਕ ਬੰਦਾ ਮਿਲਣ ਦੀ, ਨੇਕ ਨੇਕ ਟੀਮ ਬਣਾਉਣ ਦੀ, ਸਮਾਂ ਥੋੜ੍ਹਾ ਸਾਡੇ ਟੈਕਨੀਸ਼ੀਅਨ ਨੇ ਜਾਣਾ ਜੀ, ਬਹੁਤ ਬਹੁਤ ਧੰਨਵਾਦ, ਇਹ ਵਾਰ ਵਾਰ ਸਾਨੂੰ ਕਹਿਣਾ ਪੈਂਦਾ ਸੋਰੀ, ਆਗਿਆ ਦੇਣੀ ਆ ਜੀ, ਕੱਲ੍ਹ ਨੂੰ ਮਿਲਦੇ ਹਾਂ 9 ਵਜੇ ਫਿਰ, ਰਾਤ ਨੂੰ 8 ਵਜੇ ਲੈ ਕੇ 12 ਵਜੇ ਤੱਕ, ਸਵੇਰੇ 9 ਤੋਂ 10 ਇਕੱਠੇ ਹੀ ਆਪਾਂ ਬੁਲਾਵਾਂਗੇ ਜੀ। ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।